ਚਾਲੀ ਹਜ਼ਾਰ 'ਚ ਤੁਹਾਨੂੰ ਸਕੂਟਰੀ ਲੈ ਕੇ ਦੇ ਕੇ ਆ, ਮੈਂ ਲੈ ਕੇ ਜਾਊਂਗਾ ਸਕੂਟਰੀ, ਹੁਣੇ ਲੈ ਕੇ ਜਾਊਂਗਾ ਸਕੂਟਰੀ ਅਤੇ ਬੈਟਰੀ ਦਊਂਗੇ ਨਾਲ? ਭਾਅ ਜੀ ਗਰੰਟੀ ਲਿਖ ਕੇ ਦੇਵਾਂਗੇ। ਕਿੰਨੇ ਬੈਟਰੀਆਂ? 5 ਬੈਟਰੀਆਂ ਲਿਖ ਕੇ ਦੇਵਾਂਗੇ, ਸਾਲ ਦੀ ਗਰੰਟੀ। 30 ਪੈਸੇ ਪ੍ਰਤੀ ਕਿਲੋਮੀਟਰ ਪੈਂਦੀ ਹੈ ਜੀ, 30 ਪੈਸੇ। ਜਿਹੜੇ ਪੈਟਰੋਲ ਦੀ, ਜਿਹੜੀ ਆਪਾਂ ਐਕਟੀਵਾ ਦੀ ਗੱਲ ਲੈ ਲਈਏ, ਹਾਂ ਐਕਟੀਵਾ ਦੀ ਗੱਲ ਕਰ ਲਈਏ, ਉਹ 4 ਤੋਂ 4.5 ਰੁਪਏ ਪ੍ਰਤੀ ਕਿਲੋਮੀਟਰ ਪੈਂਦੀ ਆ ਉਹ। 5 ਗਿਫਟ ਅਸੀਂ ਦੇਣੇ ਆ ਕਸਟਮਰ ਨੂੰ, ਅਤੇ ਨਾਲ ਸਕੂਟਰੀ ਦੇ ਨਾਲ ਆਪਾਂ ਹੈਲਮੇਟ ਫ੍ਰੀ ਰੱਖਿਆ ਹੋਇਆ। ਕਿਲੋਮੀਟਰ ਆਰਾਮ ਨਾਲ ਚੱਲਦੀ ਇੱਕ ਵਾਰੀ ਚਾਰਜ ਕਰਨ ਤੇ। ਐਲਈਡੀ ਸਕਰੀਨ ਹੈ, ਕਰੂਜ਼ ਬਟਨ ਹੈ, ਹਰੇਕ ਚੀਜ਼ ਵਿੱਚ। ਅੱਛਾ, ਕਰੂਜ਼ ਦਾ ਮਤਲਬ ਜਿਹੜੀ ਗੱਡੀਆਂ 'ਚ ਕਰੂਜ਼ ਆ, ਜਿੱਥੇ ਰੇਸ ਸੈੱਟ ਕਰਤੀ। ਬਿਲਕੁਲ ਬਿਲਕੁਲ, ਔਰ ਵਿਦ GPS ਹੈ। GPS ਹੈਗਾ? ਹਾਂਜੀ GPS। ਹਾਂਜੀ ਹਾਂਜੀ, ਤੁਸੀਂ ਆਪਣੇ ਫੋਨ ਤੇ ਟਰੈਕ ਕਰ ਸਕਦੇ ਹੋ ਗੱਡੀ ਨੂੰ। ਔਰ ਐਂਟੀ ਟਾਇਰ ਪੈਂਚਰ ਆ, ਗੱਡੀ ਪੈਂਚਰ ਨਹੀਂ ਹੋਊਗੀ, ਮੇਖ ਮਾਰ ਕੇ ਮੈਂ ਹੁਣੀ ਚੈੱਕ ਕਰਾ ਦਿੰਦਾ। ਇਹ 'ਚ ਹੈਲੋਜਨ ਬਲਬ ਆ, ਇਹ 'ਚ ਡਿਜੀਟਲ ਮੀਟਰ ਆ, ਇਹ 'ਚ ਜਿਹੜੀ ਬੈਟਰੀ ਆ ਉਹ ਹਾਈ ਟੈਕਨੋਲੋਜੀ ਦੀ ਆ, ਜੈੱਲ ਬੈਟਰੀ ਕਹਿੰਦੇ, ਲੈਡ ਐਸਿਡ ਬੈਟਰੀ ਹੈ ਨਹੀਂ, ਜਿਹੜੀ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਿਹਦਾ ਪਾਣੀ ਖਤਮ ਹੋ ਜਾਂਦਾ ਜਾਂ ਪਾਣੀ ਵਾਰ ਵਾਰ ਚੈੱਕ ਕਰਨਾ ਪੈਂਦਾ। ਇਹਦੇ 'ਚ ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ ਬੈਟਰੀ 'ਚ ਕਿ ਪਾਣੀ ਚੈੱਕ ਕਰੋ। ਡਿਸਕ ਬ੍ਰੇਕ ਵੀ ਹੈਗੀ ਸਰ? ਅੱਗੇ ਪਿੱਛੇ? ਹਾਂਜੀ ਅੱਗੇ ਪਿੱਛੇ ਡਿਸਕ ਬ੍ਰੇਕ ਹੈ ਜੀ ਇਹਦੀ। ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਇੱਕ ਐਸਾ ਪਰਦਾ ਫਾਸ਼ ਕਰਨ ਲੱਗੇ ਹਾਂ ਜਿੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਐਸੀ ਆਟੋ ਦੀ ਏਜੰਸੀਆਂ ਅਤੇ ਸਕੂਟਰ ਦੀ ਏਜੰਸੀਆਂ ਨੇ ਜੋ ਲਗਾਤਾਰ ਲੋਕਾਂ ਨੂੰ ਦਾਅਵਾ ਤਾਂ ਕਰਦੀਆਂ ਨੇ ਕਿ ਇਹ ਪ੍ਰੋਡਕਟ ਜਿਹੜਾ ਹੈਗਾ ਸਸਤਾ ਹੈਗਾ, ਨਾਲੇ ਇਹ ਕੰਫਰਟੇਬਲ ਹੈਗਾ, ਅਤੇ ਇਹਦੇ ਵਿੱਚ ਜਿਹੜਾ ਬੈਟਰੀ ਜਿਹੜੀ ਉਹਦੀ ਵਾਰੰਟੀ ਮਿਲਦੀ ਹੈ। ਸ਼ੇਰਪੁਰ ਚੌਂਕ ਮੌਜੂਦ ਹਾਂ, ਸਿੱਧ ਆਟੋ ਦੇ ਵਿੱਚ ਮੌਜੂਦ ਹਾਂ, ਗੱਲਬਾਤ ਕਰੀਏ ਤਾਂ ਸਕੂਟਰ ਬੜੇ ਖੜ੍ਹੇ ਨੇ। ਭਾਅ ਜੀ ਕੀ ਰੇਟ ਦਊਂਗੇ ਸਕੂਟਰੀ? ਭਾਅ ਜੀ ਜੋ ਸੁਣਿਆ ਤੁਸੀਂ, ਯਾਰ ਮੈਂ ਤਾਂ ਸੁਣ ਕੇ ਆਇਆ ਕਿ ਤੁਸੀਂ 40,000 ਸਕੂਟਰੀ ਦਿਓ। ਭਾਅ ਜੀ 40,000 ਅਸੀਂ ਦੇਵਾਂਗੇ। ਨਾ ਦਿੱਤੀ? ਭਾਅ ਜੀ ਕਿਉਂ ਨਹੀਂ ਦੇਵਾਂਗੇ, ਹੁਣੀ ਦੇਵਾਂਗੇ। ਕਿਹੜੀ ਸਕੂਟਰੀ ਹੈ? ਆਹ ਖੜੀ ਹੈ ਜੀ, ਇਹ ਸਕੂਟਰੀ। ਬਿਲਕੁਲ, ਕੱਲ ਨੂੰ ਮੈਂ 40,000 ਦੇ ਦੇਣੇ ਨੇ, ਕੱਲ ਨੂੰ ਮੰਗਣੀ ਨਹੀਂ। ਮੈਂ ਕਹਿੰਦਾ ਜੀ ਹੁਣੀ, ਹਾਂ ਹੁਣੀ ਦੇਵਾਂਗੇ 40,000 ਦੀ। 40,000 'ਚ ਤੁਹਾਨੂੰ ਸਕੂਟਰੀ ਲੈ ਕੇ ਦੇ ਕੇ ਆ, ਮੈਂ ਲੈ ਕੇ ਜਾਊਂਗਾ ਸਕੂਟਰੀ, ਹੁਣੇ ਲੈ ਕੇ ਜਾਊਂਗਾ ਸਕੂਟਰੀ, ਅਤੇ ਬੈਟਰੀ ਦਊਂਗੇ ਨਾਲ? ਭਾਅ ਜੀ ਗਰੰਟੀ ਲਿਖ ਕੇ ਦੇਵਾਂਗੇ। ਕਿੰਨੀਆਂ ਬੈਟਰੀਆਂ? 5 ਬੈਟਰੀਆਂ ਲਿਖ ਕੇ ਦੇਵਾਂਗੇ, ਸਾਲ ਦੀ ਗਰੰਟੀ। 40,000 ਦੇ ਵਿੱਚ ਤੁਸੀਂ ਮੈਨੂੰ ਟਾਇਰ ਅਤੇ ਪਲਾਸਟਿਕ ਸਾਰਾ ਕੁਝ ਦੇ ਰਹੇ ਹੋ, ਬੈਟਰੀਆਂ ਨਾਲ ਦੇ ਰਹੇ ਹੋ, ਘਰੇ ਪਈ ਹੈ 40,000 ਦੀ? ਬਿਲਕੁਲ ਜੀ ਬਿਲਕੁਲ, ਹੈਂ ਬਿਲਕੁਲ। ਇਹ ਤਾਂ ਨਹੀਂ ਕੱਲ ਨੂੰ ਕਰਾਂਗੇ ਸਟੋਕ ਖਤਮ ਹੋ ਗਿਆ? ਉਹ ਨਹੀਂ ਜਨਾਬ, ਤੁਸੀਂ ਜਦੋਂ ਮਰਜ਼ੀ ਆਓ ਸਾਡੇ ਕੋਲ। ਬੈਟਰੀ ਗਰੰਟੀ 3 ਸਾਲ ਦੀ? ਸਾਲ ਦੀ, ਸਾਲ ਦੀ ਦਊਂਗੇ। ਬਿਲਕੁਲ, ਅਤੇ ਸਾਲ ਬਾਅਦ ਮੈਂ ਫੇਰ ਪਵਾਂਗਾ। ਕਿੰਨੇ ਦੀ ਬੈਟਰੀ ਪਵੇਗੀ? 2500 ਰੁਪਏ ਦੀ। ਚਲੋ 5 ਬੈਟਰੀ, 2500 ਦੀ ਹੈ ਜੀ। ਹਾਂ, ਦੀ ਬੈਟਰੀ ਹੋਗੀ, ਦੇਸੀ ਬੈਟਰੀ ਨਹੀਂ ਹੋਊਗੀ, ਗ੍ਰਿਫਿਨ ਕੰਪਨੀ ਦੀ ਬੈਟਰੀ ਹੋਗੀ, ਉਹ ਵੀ ਸਾਲ ਦੀ ਗਰੰਟੀ ਹੋਊਗੀ ਬੈਟਰੀ ਦੀ। 10,000 ਦੀ ਬੈਟਰੀ ਪੈਗੀ ਮੈਨੂੰ? ਬਿਲਕੁਲ, ਮਤਲਬ ਸਾਲ ਬਾਅਦ 10,000 ਦੀ ਬੈਟਰੀ ਪਵਾਂਗਾ। ਬਿਲਕੁਲ, ਚਲਾਈ ਕਿੰਨੀ ਚੱਲੇਗੀ? ਇਹ ਘੱਟੋ ਘੱਟ 2 ਸਾਲ ਚੱਲੂਗੀਆਂ ਜੀ ਬੈਟਰੀਆਂ, 2-2.5 ਸਾਲ। 2 ਸਾਲ ਚੱਲਣਗੇ ਆਰਾਮ ਨਾਲ। ਅਗਰ ਬੋਲ ਗਈ ਮੈਂ ਸ਼ੋਰੂਮ ਦੇ ਬਾਹਰ ਖੜੀ ਕਰ ਜਾਂ, ਡੇਲੇ ਆ ਕੇ ਖੜੀ ਕਰੋ ਜੀ, ਮੈਂ ਚੇਂਜ ਕਰਕੇ ਦਊਂਗਾ ਤੁਹਾਨੂੰ ਬੈਟਰੀ। ਡੇਲੇ ਤੇ ਆ ਗਿਆ ਯਾਰ, ਆ ਸਕੂਟਰੀ ਜਿਹੜੀ ਬੜੀ ਸੋਹਣੀ ਅਰਬਨ ਦੀ, ਇਹ ਬੜਾ ਸੋਹਣਾ ਲੁੱਕ ਜੀ ਬਣਾਈ ਹੈ ਯਾਰ, ਇਹ ਕੀ ਰੇਟ ਹੈ? ਇਹ ਅਰਬਨ ਦਾ ਟੌਪ ਮਾਡਲ ਹੈ। ਇਹ 90,000 ਦੀ ਹੈ, 6 ਬੈਟਰੀ ਹੈ, 1500 ਵਾਟ ਦੀ ਮੋਟਰ ਹੈ ਇਹ 'ਚ, ਔਰ ਇਹ 70 ਤੋਂ 90 ਕਿਲੋਮੀਟਰ ਆਰਾਮ ਨਾਲ ਚੱਲਦੀ ਹੈ ਇੱਕ ਵਾਰੀ ਚਾਰਜ ਕਰਨ ਤੇ। ਯਾਰ ਇਹ ਫੀਚਰ ਕੀ ਕੀ ਹੈਗੇ ਆ ਦਿਖਾਓ ਤਾਂ। ਸਕਰੀਨ ਬੜੀ ਸੋਹਣੀ ਲਾਈ ਹੈ ਇੱਥੇ ਯਾਰ, ਐਲਈਡੀ ਸਕਰੀਨ ਹੈ, ਬੜੇ ਸੋਹਣੇ ਫੀਚਰ ਆ ਇਹਦੇ ਤੇ ਗੱਡੀ ਦੇ ਤਾਂ ਯਾਰ।
ਐਲਈਡੀ ਸਕਰੀਨ ਹੈ, ਕਰੂਜ਼ ਬਟਨ ਹੈ, ਹਰ ਇੱਕ ਚੀਜ਼ ਹੈ ਇਹ ਚ। ਅੱਛਾ, ਕਰੂਜ਼ ਦਾ ਮਤਲਬ ਜਿਹੜੀ ਗੱਡੀਆਂ ਚ ਕਰੂਜ਼ ਆ ਜਿੱਥੇ ਰੇਸ ਸੈੱਟ ਕਰਤੀ। ਬਿਲਕੁਲ ਬਿਲਕੁਲ, ਔਰ ਵਿਦ ਜੀਪੀਐਸ ਹੈ। ਜੀਪੀਐਸ ਹੈਗਾ? ਹਾਂਜੀ ਜੀਪੀਐਸ। ਹਾਂਜੀ ਹਾਂਜੀ, ਤੁਸੀਂ ਆਪਣੇ ਫੋਨ ਤੇ ਟਰੈਕ ਕਰ ਸਕਦੇ ਹੋ ਗੱਡੀ ਨੂੰ। ਔਰ ਐਂਟੀ ਟਾਇਰ ਪੈਂਚਰ ਆ, ਗੱਡੀ ਪੈਂਚਰ ਨਹੀਂ ਹੋਊਗੀ। ਮੇਖ ਮਾਰ ਕੇ ਮੈਂ ਹੁਣੀ ਚੈੱਕ ਕਰਾ ਦਿੰਦਾ, ਮੈਂ ਤੁਹਾਨੂੰ ਹੁਣੀ ਮੇਖ ਮਾਰ ਕੇ ਮੇਖ ਦੁਆਰਾ ਕੱਢ ਕੇ ਦਿਖਾ ਦਿੰਦਾ, ਗੱਡੀ ਪੈਂਚਰ ਨਹੀਂ ਹੋਊ। ਟਾਇਰ ਤਾਂ ਘੁਮਾਣਾ ਪਊ। ਨਹੀਂ, ਟਾਇਰ ਤਾਂ ਦੇਖੋ ਘੁੰਮੂਗੇ, ਜਦੋਂ ਗੱਡੀ ਚੱਲੂਗੀ ਉਦੋਂ ਤਾਂ ਘੁੰਮੂਗਾ ਹੀ ਟਾਇਰ। ਟਾਇਰ ਤਾਂ ਘੁੰਮੂ ਤਾਂ ਹੀ ਤੇਲ ਲਾਊਗੀ ਜੀ। ਅੱਛਾ, ਕਿੰਨੀ ਗਰੰਟੀ ਰਹੇਗੀ ਟਾਇਰ ਦੀ ਵੀ? ਟਾਇਰ ਦੀ ਵੀ ਇੱਕ ਸਾਲ ਦੀ। ਟਾਇਰ ਦੀ ਵੀ ਇੱਕ ਸਾਲ ਦੀ? ਕੱਟੇ ਵੱਟੇ ਸਭ ਦੀ? ਨਹੀਂ, ਕੱਟੇ ਦੀ ਨਹੀਂ, ਫੁੱਲੇ ਦੀ। ਫੁੱਲੇ ਦੀ ਗਰੰਟੀ ਇੱਕ ਸਾਲ ਦੀ ਹੈ। ਯਾਰ ਬਾਈ, ਮੈਂ ਹੋਰ ਸਕੂਟਰੀਆਂ ਦੇਖ ਰਿਹਾ ਮੈਂ ਇੱਥੇ, ਹੋਰ ਵੀ ਸਕੂਟਰੀਆਂ ਖੜੀਆਂ ਹੋਈਆਂ ਨੇ। ਇਹ ਮੈਡਮ ਦਾ ਕੀ ਕੰਮ ਹੈ? ਇਹ ਮੈਡਮ ਸਾਡੇ ਸੇਲ ਐਗਜ਼ੀਕਿਊਟਿਵ ਨੇ। ਅੱਛਾ, ਤੇਰੀ ਸਕੂਟਰੀ ਵੇਚੀ ਹੈ? ਹਾਂਜੀ ਸਰ, ਬਥੇਰੀ ਵਾਰ ਵੇਚੀ ਹੈ। ਕਿੱਦਾਂ ਵੇਚੀ ਹੈ, ਮੈਨੂੰ ਵੇਚ ਕੇ ਦਿਖਾਓ ਇੱਕ ਸਕੂਟਰੀ। ਆਜੋ ਸਰ, ਆਓ, ਮੈਂ ਸਕੂਟਰੀ ਦੇਖਣੀ ਹੈ। ਕਿਹੜੀ ਕਿਹੜੀ ਸਕੂਟਰੀ ਦਿਖਾਓਗੇ ਮੈਨੂੰ? ਸਰ ਇਹ ਹੈ ਪੈਸ਼ਨ ਪਲੱਸ। ਹਾਂ, ਇਹ 82,500 ਦੀ ਹੈ ਸਰ। ਹਾਂ, ਇਹ 'ਚ ਫੀਚਰਸ ਬਹੁਤ ਤੁਹਾਨੂੰ ਮਿਲ ਜਾਣਗੇ। ਐਡਵਾਂਸ ਟੈਕਨੋਲੋਜੀ ਹੈ ਸਰ ਇਹਦੀ, ਪਲੱਸ ਗੇਅਰ ਹੈ। ਠੀਕ ਹੈ ਸਰ, ਕਿੰਨੇ ਗੇਅਰ ਨੇ? 3 ਗੇਅਰ ਹੈ ਸਰ ਇਹਦੇ। ਹਾਂਜੀ, ਆਹ ਦੇਖੋ ਤੁਸੀਂ, ਐਲਈਡੀ ਸਕਰੀਨ ਹੈ ਸਰ। ਠੀਕ ਹੈ, ਜੀਪੀਐਸ ਲੱਗਾ? ਜੀਪੀਐਸ ਪਲੱਸ ਹੈ ਸਰ। ਜੀਪੀਐਸ ਹੈਗਾ? ਹਾਂਜੀ ਬਿਲਕੁਲ ਸਰ। ਬੂਟ ਸਪੇਸ ਦੇਖੋ ਤੁਸੀਂ, ਆਹ ਦੇਖੋ ਸਰ, ਇਹ ਸਾਰਾ ਕੁਝ ਫ੍ਰੀ ਹੈ ਨਾਲ। ਸਭ ਕੁਝ ਦੇਵਾਂਗੇ ਸਰ ਫ੍ਰੀ, ਤੁਹਾਨੂੰ ਗਿਫਟ ਵੀ ਦੇਵਾਂਗੇ, ਹੈਲਮੇਟ ਵੀ ਫ੍ਰੀ ਦੇਵਾਂਗੇ ਸਰ, ਤੇ ਚਾਰਜਰ ਬੈਟਰੀ ਸਭ ਕੁਝ ਤੁਹਾਨੂੰ ਓਕੇ ਕਰਕੇ ਦੇਵਾਂਗੇ ਸਰ। ਐਂਟੀ ਟਾਇਰ ਪੈਂਚਰ ਦੀ ਵੀ ਗਰੰਟੀ ਦਿੰਦੇ ਆ ਤੁਸੀਂ ਰਾਜ, ਤੁਹਾਡਾ ਟਾਇਰ ਪੈਂਚਰ ਹੋ ਰਿਹਾ ਤੁਸੀਂ ਉੱਥੇ ਫੋਨ ਕਰੋ, ਤੁਹਾਨੂੰ ਮੌਕੇ ਤੇ ਸਰਵਿਸ ਮਿਲੂਗੀ ਪੈਂਚਰ ਦੀ। ਅੱਛਾ, ਇਹ ਨਾ ਹੋ ਜੇ ਸਰ, ਆਹ ਦੇਖੋ ਅਸੀਂ ਨਾਲ ਤੁਹਾਨੂੰ ਗਰੰਟੀ ਕਾਰਡ ਦੇਵਾਂਗੇ ਵੀ ਉਹਦਾ ਵੀ। ਗਰੰਟੀ ਕਾਰਡ ਗੁੰਮ ਗਿਆ ਫਿਰ? ਓਲੀ ਵੀ ਅਸੀਂ ਬੈਠੇ ਹਾਂ। ਯਾਰ ਮੈਂ ਗਰੰਟੀ ਕਾਰਡ ਫਟ ਗਿਆ ਯਾਰ, ਮੈਂ ਤੁਹਾਡੇ ਕੋਲ ਲੈ ਗਿਆ, ਕੱਪੜੇ 'ਚ ਨਿਕਲ ਗਿਆ, ਫਟ ਗਿਆ, ਕਿਤੇ ਧੋਤਾ ਗਿਆ ਫਿਰ। ਚਲੋ ਧੋ ਵੀ, ਚਾਵੀ ਟੁੱਟ ਗਿਆ ਫਿਰ। ਫਿਰ ਵੀ ਅਸੀਂ ਬੈਠੇ ਹਾਂ, ਫਿਰ ਹੱਲ ਕੀ ਕਰੋਗੇ? ਅਸੀਂ ਬੈਠੇ ਹਾਂ, ਅਸੀਂ ਕਰਾ ਕੇ ਦੇਵਾਂਗੇ। ਤੁਹਾਡਾ ਕੀ ਕੰਮ ਹੈ ਯਾਰ ਵੀਰ? ਮੈਂ ਸੁਣਿਆ ਤੁਸੀਂ ਡਾਇਰੈਕਟਰ ਹੋ ਉੱਥੇ ਦੇ। ਹਾਂਜੀ ਹਾਂਜੀ ਸਰ, ਮੈਂ ਡਾਇਰੈਕਟਰ ਹਾਂ ਜੀ। ਮੇਰਾ ਨਾਮ ਰਜਤ ਆ। ਆਪਣਾ 2022 ਤੋਂ ਅਸੀਂ ਕੰਮ ਸ਼ੁਰੂ ਕੀਤਾ ਸੀ ਈ ਰਿਕਸ਼ਿਆਂ ਦਾ, ਲਾਲਾ ਮੇਘਰਾਜ ਗਰਗ ਐਂਡ ਸੰਸ ਤੋਂ। ਆਪਣਾ ਵੈਸੇ ਬੇਸਿਕਲੀ ਡੀਲਰਸ਼ਿਪ ਦਾ ਨਾਮ ਹੈਗਾ ਸਿੱਧ ਆਟੋਜ਼। ਅਸੀਂ 2022 ਤੋਂ ਈ ਰਿਕਸ਼ੇ 'ਚ ਡੀਲ ਕਰ ਰਹੇ ਹਾਂ, ਇਲੈਕਟ੍ਰਿਕ 'ਚ। ਅਸੀਂ ਉਸ ਤੋਂ ਬਾਅਦ ਸੋਚਿਆ ਕਿ ਚਲੋ ਇੱਕ ਲੇਡੀਜ਼ ਵਾਸਤੇ, ਬੱਚਿਆਂ ਵਾਸਤੇ, ਜਿੱਦਾਂ ਆਪਾਂ ਇੱਕ ਨੋਨ ਪਲਿਊਟਡ ਆਪਾਂ ਵਹੀਕਲ ਇੱਕ ਪ੍ਰਜੈਂਟ ਕਰੀਏ ਲੋਕਾਂ 'ਚ, ਅਤੇ ਇਸ ਲਈ ਅਸੀਂ ਹੁਣ ਟੂ ਵੀਲਰ ਦਾ ਸ਼ੋਰੂਮ ਸ਼ੁਰੂ ਕੀਤਾ ਹੈ ਆਪਣਾ ਨਵਾਂ, ਨਾਲ ਹੀ ਆਪਣਾ ਈ ਰਿਕਸ਼ੇ ਦਾ ਸ਼ੋਰੂਮ ਆ ਅਤੇ ਨਾਲ ਹੀ ਟੂ ਵੀਲਰ ਦਾ ਆ। ਯਾਰ ਵੀਰ, ਮੈਨੂੰ ਪਹਿਲੇ ਇਹ ਗੱਲ ਦੱਸੋ ਯਾਰ, ਇਹਦੇ 'ਚ ਆਰਸੀ ਦੀ ਜ਼ਰੂਰਤ ਪੈਂਦੀ ਹੈ ਕਿ ਨਹੀਂ ਪੈਂਦੀ ਹੈ? ਉਹ ਕੱਲ੍ਹ ਨੂੰ ਮੈਂ ਜਾਵਾਂ ਅਤੇ ਉਹ ਕਹਿਣ ਕਿ ਨੰਬਰ ਨਹੀਂ ਲੱਗੇ ਹੋਏ, ਨੰਬਰ ਪਲੇਟਾਂ ਨਹੀਂ ਹੈਗੀਆਂ, ਫਿਰ ਇਹ ਸਰ ਨੋਨ ਆਰਸੀ ਪ੍ਰੋਡਕਟ ਹੈ ਇਹ। ਪੁਲਿਸ ਨੇ ਰੋਕ ਲਿਆ? ਪੁਲਿਸ ਨੇ ਰੋਕ ਲਿਆ, ਅਸੀਂ ਆਰਸੀ ਕਾਰਡ ਦੇਵਾਂਗੇ, ਆਈਕੈਟ ਅਪਰੂਵਡ। ਅੱਛਾ, ਉਹ ਰਜਿਸਟਰਡ ਹੁੰਦਾ ਆ, ਉਹ ਨਾਲ ਕਾਰਡ ਤੁਹਾਨੂੰ ਦੇਵਾਂਗੇ ਐਜ ਏ ਆਰਸੀ ਦੇ ਤੌਰ ਤੇ। ਅੱਛਾ, ਠੀਕ ਆ ਜੀ। ਇਹਦੇ 'ਚ ਇੰਸ਼ੋਰੈਂਸ ਦੀ ਵੀ ਲੋੜ ਨਹੀਂ ਹੁੰਦੀ ਕਿ ਨਾ, ਇਹਦੇ 'ਚ ਚਲਾਨ ਹੁੰਦਾ ਆ ਨਾ, ਇਹਦੇ 'ਚ ਹੈਲਮਟ ਦਾ ਵੈਸੇ ਲੋ ਸਪੀਡ ਗਿਣਿਆ ਜਾਂਦਾ ਇਹ ਪ੍ਰੋਡਕਟ। ਨਹੀਂ, ਲੋ ਸਪੀਡ ਤੇ ਹੈਲਮਟ ਤਾਂ ਪਾਣਾ ਹੀ ਪਏਗਾ ਨਾ? ਨਹੀਂ, ਹੈਲਮਟ ਤਾਂ ਪਾਣਾ ਪਊਗਾ, ਅਸੀਂ ਆਪ ਦਿੰਨੇ ਆ ਕਿ ਬੰਦਾ ਸਿਕਿਓਰ ਰਵੇ ਉਹਨੂੰ। ਅੱਛਾ, ਇਹਦੇ ਨਾਲ ਹੈਲਮਟ ਹੀ ਫ੍ਰੀ ਆ? ਹੈਲਮਟ ਫ੍ਰੀ ਆ ਇਹਦੇ ਨਾਲ, ਅਸੀਂ ਹੈਲਮਟ ਫ੍ਰੀ ਦੇ ਰਹੇ ਹਾਂ, ਨਾਲ 5 ਗਿਫਟ ਫ੍ਰੀ ਦੇ ਰਹੇ ਹਾਂ ਜੀ। ਅੱਛਾ, ਹੈਲਮਟ 5 ਗਿਫਟ ਫ੍ਰੀ ਪਲੱਸ ਆਰਸੀ ਦਾ ਕਾਰਡ ਕਿ ਰਸਤੇ 'ਚ ਕੋਈ ਦਿੱਕਤ ਨਾ ਹੋਵੇ, ਐਂਟੀ ਟਾਇਰ ਪੈਂਚਰ ਫ੍ਰੀ ਦੇ ਰਹੇ ਹਾਂ ਗੱਡੀ ਨੂੰ ਕਰਾ ਕੇ। ਕਈ ਵਾਰੀ ਕਰਾਰੀ ਅੜ ਜਾਂਦੀ ਹੈ ਕਿ ਹਾਂ ਵੀ ਆ ਲੱਗਦਾ ਤਾਂ ਹੈ ਨਹੀਂ, ਚਾਰਜੇਬਲ ਸਕੂਟਰ ਨਹੀਂ ਲੱਗਦਾ, ਇਲੈਕਟ੍ਰਿਕ ਸਕੂਟਰ ਨਹੀਂ ਲੱਗਦਾ, ਲੇਕਿਨ ਲੱਗਦਾ ਥੋੜਾ ਫੈਂਸੀ ਆ ਸਕੂਟਰ ਹੈਗਾ ਵਾ। ਕੀ ਤੁਸੀਂ ਪਹਿਲੇ ਵੈਸਪਾ ਦਾ ਸੁਣਿਆ ਹੋਣਾ, LML ਵੈਸਪਾ ਹੁੰਦਾ ਸੀਗਾ, ਇਹ ਉਸੇ ਸ਼ੇਪ 'ਚ ਆ ਇਹ। ਇਹ 'ਚ ਹੈਲੋਜਨ ਬਲਬ ਆ, ਇਹ 'ਚ ਡਿਜੀਟਲ ਮੀਟਰ ਆ, ਇਹ 'ਚ ਜਿਹੜੀ ਬੈਟਰੀ ਆ ਉਹ ਹਾਈ ਟੈਕਨੋਲੋਜੀ ਦੀ ਆ, ਜੈੱਲ ਬੈਟਰੀ ਕਹਿੰਦੇ, ਲੈਡ ਐਸਿਡ ਬੈਟਰੀ ਹੈ ਨਹੀਂ, ਜਿਹੜੀ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਿਹਦਾ ਪਾਣੀ ਖਤਮ ਹੋ ਜਾਂਦਾ ਜਾਂ ਪਾਣੀ ਬਾਰ ਬਾਰ ਚੈੱਕ ਕਰਨਾ ਪੈਂਦਾ। ਇਹਦੇ 'ਚ ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ ਬੈਟਰੀ 'ਚ ਕਿ ਪਾਣੀ ਚੈੱਕ ਕਰੋ। ਯਾਰ ਮਿਲਣਾ ਹੋਵੇ, ਕਿਸੇ ਨੇ ਆਉਣਾ ਹੋਵੇ, ਹੁਣ ਤੁਹਾਨੂੰ ਕਿੱਦਾਂ ਸੰਪਰਕ ਕਰ ਸਕਦਾ? ਕਈ ਵਾਰੀ ਨਹੀਂ ਪਤਾ ਲੱਗਦਾ ਕਿ ਨੰਬਰ ਕੀ ਹੈ ਤੁਹਾਡੇ। ਨੰਬਰ ਮੇਰਾ ਨੰਬਰ ਹੈਗਾ ਸਰ 8219155800। ਪੰਜਾਬੀ 'ਚ ਬੋਲੋ ਯਾਰ। 82195 5800।
ਇਹ ਮੇਰਾ ਨੰਬਰ ਹੈ ਜੀ। ਜਿਹੜੇ ਸੇਲਸ ਮੈਨੇਜਰ ਹੈ ਉਹਨਾਂ ਦਾ ਨੰਬਰ ਹੈਗਾ 97799777। ਠੀਕ ਹੈ, ਜਿਹੜੇ ਆਪਣੇ ਸੇਲਸ ਐਗਜੀਕਿਊਟਿਵ ਹੈਗੇ ਉਹਨਾਂ ਦਾ ਨੰਬਰ ਹੈ 98759886686। ਇਹ ਤਿੰਨ ਨੰਬਰ ਚੱਲਦੇ ਨੇ, 24 ਆਵਰਸ ਤੁਹਾਨੂੰ ਸਰਵਿਸ ਮਿਲੂਗੀ। ਜੇ ਗੱਡੀ ਨੂੰ ਕੋਈ ਦਿੱਕਤ ਵੀ ਆਉਂਦੀ ਆ, ਕਸਟਮਰ ਲੈ ਗਿਆ ਜੇ ਗੱਡੀ ਨੂੰ ਕੋਈ ਦਿੱਕਤ ਆਉਂਦੀ ਹੈ, ਉਹਨੇ ਸਰਵਿਸ ਕਰਾਉਣੀ ਆ, ਉਹਨੂੰ ਘਰ ਤੱਕ ਅਸੀਂ ਪਿਕ ਐਂਡ ਡਰੌਪ ਦੀ ਵੀ ਸਰਵਿਸ ਦਿੰਦੇ ਹਾਂ ਅਤੇ ਘਰ ਜਾ ਕੇ ਵੀ ਗੱਡੀ ਦੀ ਸਰਵਿਸ ਕਰਕੇ ਆਉਂਦੇ। ਭਾਈ ਸਿਰਫ ਇਹ ਨਾ ਕਰਦੀ ਕਿ ਮੈਂ ਐਡ ਕਰ ਰਿਹਾ ਵਾਂ, ਹੁਣ ਐਡ ਦੇ ਵਿੱਚ ਬੜਾ ਕੁਝ ਬੋਲਤਾ, ਉਹ ਫਲਾਣਾ ਕਰਦੀ, ਉਹ ਗੱਲ ਕਰਦੀ, ਅਗਲੇ ਨੂੰ ਫੋਨ ਕਰ ਲਿਆ, ਨਾ ਪਹੁੰਚੇ ਮੇਰੇ ਕੋਲ ਆ ਜਾਣਾ ਉਹਨਾਂ ਨੇ। ਸਾਡਾ ਸਲੋਗਨ ਹੈਗਾ ਕਮਿਟਮੈਂਟ ਇਜ਼ ਆਵਰ ਪ੍ਰਾਇਓਰਟੀ, ਜਿਹੜੀ ਕਮਿਟਮੈਂਟ ਕੀਤੀ ਉਹਨੂੰ ਨਿਭਾਵਾਂਗੇ। ਅਸੀਂ ਈ ਰਿਕਸ਼ਾ 'ਚ ਵੀ ਤਾਂ ਹੀ ਕਾਮਯਾਬ ਹੋਇਆ, ਤੁਹਾਨੂੰ ਪਤਾ ਹੈ, ਮੈਂ 2022 ਤੋਂ ਤੁਹਾਨੂੰ ਹੁਣੇ ਦੱਸਿਆ, 2022 ਤੋਂ ਅਸੀਂ ਈ ਰਿਕਸ਼ਾ ਵੇਚ ਰਹੇ ਹਾਂ। ਤਾਂ ਹੀ ਜੇ ਅਸੀਂ ਕਸਟਮਰ ਦੀ ਨਜ਼ਰ 'ਚ ਅਸੀਂ ਵਧੀਆ ਹਾਂ, ਡੀਲਰਸ਼ਿਪ ਸਾਡੀ ਵਧੀਆ, ਅਸੀਂ ਵਧੀਆ ਪਰਫੋਰਮ ਕਰ ਰਹੇ ਹਾਂ, ਉਹਨਾਂ ਨੂੰ ਵਧੀਆ ਸਰਵਿਸ ਦੇ ਰਹੇ ਹਾਂ, ਅਤੇ ਹੁਣ ਤਾਂ ਹੀ ਅਸੀਂ ਟੂ ਵੀਲਰ 'ਚ ਆਪਣਾ ਪੈਰ ਨਵਾਂ ਕਦਮ ਪਾਇਆ ਹੈ ਕਿ ਅਸੀਂ ਟੂ ਵੀਲਰ ਵੀ ਨਾਲ ਸ਼ੁਰੂ ਕਰੀਏ। ਮੈਂ ਇੱਕ ਗੱਲ ਦੱਸਾਂ, ਇੱਥੇ ਡਿਸਕ ਵੀ ਲੱਗੀ ਹੋਈ ਆ। ਹਾਂਜੀ, ਇੱਥੇ ਡਿਸਕ ਬ੍ਰੇਕ ਵੀ ਹੈਗੀ ਸਰ। ਅੱਗੇ ਪਿੱਛੇ? ਹਾਂਜੀ, ਅੱਗੇ ਪਿੱਛੇ ਡਿਸਕ ਬ੍ਰੇਕ ਹੈ ਇਹਦੀ। ਅੱਛਾ, ਤੇ ਜਿਹੜੇ ਇਹਦੇ ਟਾਇਰ ਆ, ਜੇ ਕੁਝ ਮਾਡਲ ਆ ਉਹ 'ਚ 10 ਇੰਚੀ ਟਾਇਰ ਆ, ਇਹ 'ਚ 12 ਇੰਚੀ ਵੀ ਆ ਕਈ ਮਾਡਲ। ਯਾਰ ਇਹ ਤਾਂ ਮੈਨੂੰ ਲੱਗਦਾ ਕਿ ਹੈਵੀ ਹੈ ਯਾਰ, ਮੇਰਾ ਤਾਂ ਹੈਵੀ ਆ ਸਰ। ਤੁਸੀਂ ਆਵਾਜ਼ ਸੁਣ ਲਓ, ਤਾਂ ਮੈਂ ਆਵਾਜ਼ ਦਿਖਾਵਾਂ। ਆਹ ਦੇਖੋ, ਇਹ ਪੀਸ ਹੈ, ਇਹ ਦਿਖਾਇਆ ਜਾ ਰਿਹਾ ਕਿ ਹੈਵੀ ਪੀਸ ਹੈ। ਇਹ ਨਹੀਂ ਹੈਗਾ ਕਿ ਕੋਈ ਫੜਾਤਾ, ਕਿ ਛੋਟਾ ਜਿਹਾ ਪੀਸ ਫੜਾਤਾ, ਇਹ ਮੇਰੇ ਖਿਆਲ ਇਹ ਆਰ ਸੀ ਹੈ। ਹਾਂਜੀ ਹਾਂਜੀ, ਇਹ ਆਰ ਸੀ ਕਾਰਡ ਹੈ ਜੀ। ਮੈਂ ਦਿਖਾਉਣਾ ਚਾਹੂੰਗਾ ਕਿ ਪੁਲਿਸ ਲੋਕ ਦੀ, ਤਾਂ ਆਹ ਦਿਖਾਉਣਾ ਜੀ ਤੁਸੀਂ, ਇਹ ਅੱਜ ਤੱਕ ਕਿਸੇ ਨੇ ਦਿਖਾਇਆ ਨਹੀਂਗਾ, ਤੁਸੀਂ ਆਹ ਚੀਜ਼ ਦਿਖਾਣੀ ਹੈ। ਅੱਛਾ, ਇਹਦੇ 'ਚ ਪਾਓਗੇ ਆਈਡੈਂਟੀਫਿਕੇਸ਼ਨ ਨੰਬਰ ਅਤੇ ਮਾਡਲ ਨੰਬਰ, ਮਾਡਲ ਨੰਬਰ ਪਾਵਾਂਗੇ ਅਤੇ ਚੈਸੀ ਨੰਬਰ ਪਾਵਾਂਗੇ, ਜੇ ਤਾਂ ਪੁਲਿਸ ਵਾਲਾ ਵੀ ਟਰੈਕ ਕਰ ਸਕੂਗਾ ਕਿ ਇਹ ਬਾਕੀ ਉਹੀ ਗੱਡੀ ਆ ਜਿਹੜੀ ਉਹਨੇ ਕਾਰਡ ਲਿਆ ਹੋਇਆ ਹੱਥ 'ਚ। ਠੀਕ ਹੈ, ਇੱਥੇ ਆਥੋਰਾਈਜ਼ਡ ਸਾਈਨ ਵੀ ਹੋਣਗੇ ਅਰਬਨ ਬਾਈਕਸ ਵਾਲਿਆਂ ਦੇ। ਠੀਕ ਹੈ, ਇਹ ਪ੍ਰੋਡਕਟ ਬਹੁਤ ਅੱਛਾ ਹੈ। ਮੰਨਦੀ ਨਹੀਂ ਫਿਰ ਪੁਲਿਸ, ਮੰਨਦੀ ਨਹੀਂ ਚਲਾਨ ਕਰਨਾ ਕਰਨਾ ਇਹਨੂੰ ਨਹੀਂ ਮੰਨਦੇ। ਇਹ ਮੈਂ ਵੀ, ਮੈਂ ਤੁਹਾਨੂੰ ਕਹਾਂ, ਤੀਜੀ ਵਾਰ ਦੇਖਿਆ ਹੋਣਾ ਵੈਸੇ ਆ, ਲੇਕਿਨ ਇਹਨੂੰ ਇਹਦੀ ਵੈਲਿਊ ਕੀ ਹੈ? ਸਰ ਮੈਂ ਆਪਣੇ ਕਸਟਮਰ ਨੂੰ ਇਹ ਇਨਫੋਰਮ ਕਰਨਾ ਚਾਹੂੰਗਾ, ਜੇ ਪੁਲਿਸ ਕਿਤੇ ਵੀ ਤੰਗ ਕਰਦੀ ਆ, ਨਹੀਂ ਮੰਨਦੀ ਇਸ ਚੀਜ਼ ਨੂੰ, ਇਮੀਡੀਏਟ ਡੀਲਰਸ਼ਿਪ 'ਚ ਫੋਨ ਕਰਨ, ਉਸੇ ਟਾਈਮ ਤੁਹਾਡੇ ਕੋਲ ਸੇਲਸ ਮੈਨੇਜਰ ਜਾਂ ਸੇਲਸ ਐਗਜੀਕਿਊਟਿਵ, ਜਾਂ ਮੈਂ ਆਪ ਜਾ ਕੇ ਉੱਥੇ ਉਹਨਾਂ ਨੂੰ ਦੱਸੂਗਾ ਕਿ ਕਿਉਂ ਨਹੀਂ ਇਹਨੂੰ ਅਪਰੂਵ ਕਰ ਰਹੇ, ਕਿਉਂ ਨਹੀਂ ਇਹਨੂੰ ਮਾਨਤਾ ਦੇ ਰਹੇ ਆ, ਕਿ ਆਰ ਸੀ ਕਾਰਡ ਅਪਰੂਵਡ ਆ ਇਹ, ਉਹ ਕਿਉਂ ਇਹਨੂੰ ਨਕਾਰ ਰਹੇ ਆ ਪੁਲਿਸ ਵਾਲੇ, ਉਹ ਮੈਂ ਉੱਥੇ ਜਾ ਕੇ ਪ੍ਰੂਵ ਕਰੂੰਗਾ। ਹੁਣ ਮੈਂ ਸਮਝਿਆ, ਪੁਲਿਸ ਨੇ ਰੋਕ ਲਿਆ ਬਾਈ ਜੀ, ਤੁਸੀਂ, ਮੈਂ ਤੁਹਾਡੇ ਕੋਲ ਸਕੂਟਰੀ ਲੈ ਕੇ ਗਿਆ ਸੀ, ਪੁਲਿਸ ਨੇ ਮੈਨੂੰ ਰੋਕ ਲਿਆ, ਕਾਰਡ ਕਹਿੰਦੀ ਪਤਾ ਕਿਹੜਾ ਕਾਰਡ ਚੱਕੀ ਫਿਰਦੇ ਹੋ ਫਿਰ? ਸਰ ਮੈਂ ਤੁਹਾਨੂੰ ਇਹ ਪੁੱਛੂੰਗਾ ਵੀ ਤੁਸੀਂ ਹੈਲਮਟ ਪਾਇਆ ਸੀਗਾ? ਮੈਂ ਹੈਲਮਟ ਵੀ ਪਾਇਆ ਸੀਗਾ। ਲਾਇਸੈਂਸ ਹੈਗਾ ਸਰ? ਹਾਂ ਸਰ। ਫਿਰ ਮੈਂ ਪੁਲਿਸ ਵਾਲਿਆਂ ਨੂੰ ਪੁੱਛੂੰਗਾ ਵੀ ਤੁਹਾਨੂੰ ਇਸ ਚੀਜ਼ 'ਚ ਕੀ ਦਿੱਕਤ ਹੈ, ਕਰਕੇ ਕੰਪਨੀ ਆਈਕੈਟ ਅਪਰੂਵਡ ਹੈ ਜਿਹੜੀ ਹੁੰਦੀ ਹੈ, ਉਹ ਗੌਰਮੈਂਟ ਦੀ ਕੰਪਨੀ ਹੈ ਆਈਕੈਟ। ਅਗਰ ਗੌਰਮੈਂਟ ਨੂੰ ਅਪਰੂਵਡ ਕਰ ਰਹੀ ਹੈ ਤਾਂ ਤੁਸੀਂ ਕਿਉਂ ਨਹੀਂ ਕਰ ਰਹੇ? ਨਹੀਂ ਕਰਨਾ ਸਰ, ਉਹ ਤਾਂ ਫਿਰ ਨਾ ਮੰਨਣ ਵਾਲੀ ਗੱਲ ਹੈ। ਫਿਰ ਉੱਥੇ ਕੀ ਕਰਾਂਗੇ? ਉੱਥੇ ਫਿਰ ਇਹੀ ਕਹਾਂਗੇ, ਹੱਥ ਜੋੜ ਦਾਂਗੇ, ਜੋ ਤੁਹਾਡੀ ਸੇਵਾ ਤੁਸੀਂ ਕਰ ਲਓ, ਚਲਾਉਣ ਲਾਇਸੈਂਸ ਚਲਾਉਣ ਹੋਈ ਜਾਣਾ, ਬਿਲਕੁਲ ਕਰ ਲਾਂਗੇ ਫਿਰ। ਇਹ ਤੋਂ ਇਸ ਤੋਂ ਉੱਪਰ ਤਾਂ ਨਹੀਂ ਹੈਗਾ, ਜੇ ਆਪਾਂ ਗੌਰਮੈਂਟ ਨੂੰ ਵੀ ਆਵਾਂਗੇ, ਗੌਰਮੈਂਟ ਵੀ ਗਲਤ ਚੈਲੰਜ ਕਰੋਗੇ ਫਿਰ ਉਸ ਚੀਜ਼ ਨੂੰ? ਬਿਲਕੁਲ, ਉਸ ਚੀਜ਼ ਨੂੰ ਚਲਾਉਣ ਲੈ ਕੇ ਤਾਂ ਚੈਲੰਜ ਕਰਾਂਗੇ ਨਾ ਫਿਰ ਆਪਾਂ। ਮੈਨੂੰ ਵੀ ਤਾਂ ਕੋਈ ਪ੍ਰੂਫ ਚਾਹੀਦਾ ਨਾ ਹੱਥ 'ਚ ਵੀ ਮੈਂ ਉਹਨਾਂ ਨਾਲ ਲੜਾਂ ਕਿੱਦਾਂ, ਜਦ ਮੇਰੇ ਕੋਲ ਕੁਝ ਹੈ ਹੀ ਨਹੀਂ। ਮੈਨੂੰ ਚਲਾਨ ਦੇਣਗੇ ਫਿਰ ਮੈਂ ਆਰ ਸੀ ਨਾਲ ਲਾ ਕੇ ਚਲਾਨ ਦੀ ਦਿਖਾਊਂਗਾ ਤਾਂ ਸੀਗੇ ਵੀ ਆਹ ਦੱਸੋ ਜੀ ਇਹ ਚਲਾਨ ਕਿਉਂ ਹੋਇਆ। ਲੇਕਿਨ ਮੈਂ ਤੁਹਾਡੇ ਕੋਲ ਚਾਹੂੰਗਾ ਗਿਫਟ ਤੁਸੀਂ ਦੇ ਰਹੇ ਹੋ, ਗਿਫਟ ਕਿਹੜੇ ਹੈਗੇ ਨੇ, ਗਿਫਟ ਦਿਖਾਓ ਜੀ। ਫੈਸਟੀਵਲ ਆਫਰ 'ਚ ਅਸੀਂ ਇਸ ਤੋਂ ਵੀ ਵੱਡੇ ਵੱਡੇ ਗਿਫਟ ਜਿੱਦਾਂ LED ਹੋ ਗਿਆ। ਮੈਂ ਇੱਕ ਗੱਲ ਤੁਹਾਡੀ ਮੰਨਣੀ ਹੈ, ਖਾਲੀ ਜਿਹਾ ਡੱਬਾ ਲੱਗਦਾ, ਮੈਂ ਖੋਲ ਕੇ ਦੇਖਣਾ ਹੈ। ਸਰ ਖੋਲ ਕੇ ਦੇਖੋ, ਐਵੇਂ ਤੁਸੀਂ ਖਾਲੀ ਡੱਬੇ ਰੱਖੇ ਹੋ ਨਾ, ਮੇਰੇ ਹੱਥ ਵੀ ਤਾਂ ਹੈਗੇ ਨੇ, ਮੈਂ ਖੋਲ ਲੈਣਾ। ਇਹ ਤੁਸੀਂ ਖਾਲੀ, ਇਹ ਖਾਲੀ ਰੱਖੇ ਹੋਣ ਡੱਬਿਆਂ 'ਚ, ਨਿਕਲੇ ਕੁਛ ਨਾ, ਕੱਖ ਨਾ ਨਿਕਲੇ, ਬੜੀ ਟੇਪ ਜੀ ਲਾਈ ਹੋਈ ਆ, ਬੰਦ ਹੀ ਬੜੇ ਅੱਧਾ ਕੀਤੇ ਨੇ, ਜਿੱਦਾਂ ਬੰਦਾ ਆਵੇ ਤਾਂ ਖੁੱਲ੍ਹੇ ਹੀ ਨਾ, ਬੰਦਾ ਸਿੱਧਾ ਜਾ ਕੇ ਘਰੇ ਜਾ ਕੇ ਕੈਚੀ ਚੰਕੂ ਲਵੇ, ਚਾਕੂ ਲਵੇ, ਕੈਂਚੀ ਲਵੇ, ਫਿਰ ਖੋਲੇ। ਹੈ ਕੀ ਯਾਰ ਅੰਦਰ, ਚੈੱਕ ਕਰੋ ਸਰ ਤੁਸੀਂ, ਦੇਖੋ ਦੋ ਪੀਸ ਵਾਲਾ ਨਿਕਲ ਗਿਆ, ਲੈਣਾ ਸਰਪ੍ਰਾਈਜ਼ ਹੀ ਆ ਕੁਛ।
ਗਿਫਟ ਵੀ ਇੱਦਾਂ ਦੇ ਦੇਵਾਂਗੇ ਜਿਹੜਾ ਯੂਜ਼ਫੁੱਲ ਹੋਵੇ, ਮਿਲਕ ਮਕਸ। ਹਾਂ, ਇਹ ਨਹੀਂ ਕਿ ਆਪਾਂ ਕੁਛ ਹੋਰ ਦੇ ਦਈਏ ਜਿਹੜਾ ਕੰਮ ਹੀ ਨਾ ਆਵੇ ਬੰਦੇ ਦੇ। ਆ ਜਿੱਦਾਂ ਕਿਸੇ ਘਰ ਬੱਚੇ ਆ, ਬੱਚੇ ਕੀ ਹੈਗਾ ਫਿਰ ਇਹਨਾਂ 'ਚ ਵੀ ਸਰ ਸਾਰੇ ਤੁਸੀਂ ਖੋਲ੍ਹ ਕੇ ਦੇਖ ਲਓ, ਹਰ ਗਿਫਟ ਖੋਲ੍ਹ ਕੇ ਦੇਖ ਲਓ, ਅਲੱਗ ਅਲੱਗ ਹੋਣਗੇ। 5 ਗਿਫਟ ਜਿਹੜੇ ਆ ਅਲੱਗ ਅਲੱਗ ਹੋਣਗੇ, ਕਿਸੇ 'ਚ ਕੌਫੀ ਮੱਗ ਆ, ਕਿਸੇ 'ਚ ਹੌਟਕੇਸ ਆ, ਕਿਸੇ 'ਚ ਲੰਚ ਬੋਕਸ ਆ, ਮਤਲਬ 5 ਗਿਫਟ ਅਸੀਂ ਦੇਣੇ ਦੇਣੇ ਆ ਕਸਟਮਰ ਨੂੰ, ਅਤੇ ਨਾਲ ਸਕੂਟਰੀ ਦੇ ਨਾਲ ਆਪਾਂ ਹੈਲਮੈਟ ਫ੍ਰੀ ਰੱਖਿਆ ਹੋਇਆ। ਚੌਥਾ ਤੁਸੀਂ ਖੋਲਤਾ ਜੀ, ਆਹ ਪੰਜਵਾਂ ਮੇਰੇ ਹੱਥ ਚ ਪਿਆ, ਠੀਕ ਆ। ਤੇ 6ਵਾਂ ਹੋ ਗਿਆ ਹੈਲਮੈਟ, 1 ਹੋ ਗਿਆ ਐਂਟੀ ਟਾਇਰ ਪੈਂਚਰ, ਉਹ ਵੀ ਗਿਫਟ ਹੀ ਆ। ਜੇ ਆਪਾਂ ਬਾਹਰੋਂ ਕੀਤੇ ਐਂਟੀ ਟਾਇਰ ਪੈਂਚਰ ਕਰਾਈਏ ਤੇ ਘੱਟੋ ਘੱਟ ਨਹੀਂ 2,000-2,500 ਰੁਪਏ ਦਾ ਖਰਚਾ ਆ ਐਂਟੀ ਟਾਇਰ ਪੈਂਚਰ ਦਾ। ਤੇ ਇੱਕ ਤਾਂ ਬੰਦਾ ਜੇ ਕਿਤੇ ਜਾ ਰਿਹਾ ਰਸਤੇ 'ਚ ਰਾਤ ਨੂੰ ਕਿਤੇ ਟਾਇਰ ਪੈਂਚਰ ਹੋ ਜਾਂਦਾ, ਉਹਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਉਹਦਾ ਟਾਇਰ ਪੈਂਚਰ ਨਹੀਂ ਹੋਊਗਾ, ਉਹਦੇ ਟਾਇਰ 'ਚ ਕਿੱਲ ਵੀ ਲੱਗ ਗਈ ਅਤੇ ਉਹ ਕਿੱਲ ਕੱਢ ਵੀ ਦਊਗਾ ਅਤੇ ਆਟੋਮੈਟਿਕ ਜਿਹੜਾ ਆ ਪੈਂਚਰ ਉਹ ਰਿਫਿਲ ਹੋ ਜਾਊਗਾ ਟਾਇਰ। ਅੱਛਾ, ਰਿਫਿਲ ਹੋ ਕੇ ਮਤਲਬ ਉਹਨੂੰ ਪੈਂਚਰ ਲਾਉਣ ਦੀ ਲੋੜ ਨਹੀਂ ਹੈਗੀ। ਜਿੱਦਾਂ ਮੰਨ ਲਓ ਬੰਦਾ ਰਾਤ ਨੂੰ ਕਿਤੇ ਜਾਂਦਾ ਆ, ਉਹਦਾ ਟਾਇਰ ਪੈਂਚਰ ਹੋ ਗਿਆ, ਕਿੱਲ ਲੱਗ ਗਈ, ਵਿਚਾਰਾ ਪਰੇਸ਼ਾਨ ਹੁੰਦਾ, 2-ਵੀਲਰ ਨੂੰ ਸਟੱਪਣੀ ਵੀ ਨਹੀਂ ਹੁੰਦੀ ਇਹਦੇ 'ਚ। ਉਹੀ ਇਸੇ ਲਈ ਅਸੀਂ ਐਂਟੀ ਟਾਇਰ ਪੈਂਚਰ ਦੀ ਇੱਕ ਸੁਵਿਧਾ ਦਿੱਤੀ ਆ ਕਸਟਮਰ ਨੂੰ ਕਿ ਪੈਂਚਰ ਨਾ ਹੋਵੇ। ਉਹਨਾਂ ਦਾ ਕੀ ਰੇਟ ਆ ਯਾਰ, ਇਹ ਲੋਕੀ ਤਾਂ ਬੜੇ ਸਸਤੇ ਸਸਤੇ ਕਹਿੰਦੇ ਨੇ, ਇਹਦਾ ਕੀ ਰੇਟ ਹੈ ਸਰ? ਇਹਦਾ ਰੇਟ ਹੈਗਾ ਜੀ 54,999 ਰੁਪਏ, 54,999 ਰੁਪਏ, 55,000 ਦਾ ਹੋ। ਵੀਡੀਓ ਦੇਖ ਕੇ ਆ ਗਿਆ ਕੋਈ, ਫਿਰ ਕੀ ਕਰੋਗੇ ਸਰ? ਦਵਾਂਗੇ, ਕਿਉਂ ਨਹੀਂ ਦਵਾਂਗੇ ਜੀ, ਲੈਸ ਕੀ ਦੋਗੇ? ਤੁਸੀਂ ਆਪਣੀ ਵੀਡੀਓ 'ਚ ਦਿਖਾ ਦਿਓ, ਬਕਾਇਦਾ ਮਾਡਲ ਦਿਖਾ ਦਿਓ, ਬਕਾਇਦਾ ਕੰਪਨੀ ਬ੍ਰਾਂਡ ਦਿਖਾ ਦਿਓ, ਇਹੀ ਗੱਡੀ ਦੇਵਾਂਗੇ, ਇਹੀ ਮਾਡਲ ਦੇਵਾਂਗੇ। ਚਲੋ ਮੇਰੇ ਕਹਿਣ ਤੇ 50,000 ਦਾ ਵੀ ਕਰ ਦਾਂਗੇ ਸਰ। ਤੁਸੀਂ ਕੁਛ ਚਾਹੀਦੇ ਸਾਨੂੰ ਕਸਟਮਰ ਦਾ, ਸਾਨੂੰ ਕਮਾਉਣ ਦੀ ਕੋਈ ਉਹ ਨਹੀਂ ਹੈਗੀ, ਅਸੀਂ ਤਾਂ ਇੱਕ ਕਸਟਮਰ ਨੂੰ ਆਪਣੀ ਸਰਵਿਸ ਬੈਟਰ ਦੇਣੀ ਆ, ਇੱਕ ਆਪਣਾ ਉਹਨਾਂ 'ਚ ਨਾਮ ਬਣਾਉਣਾ ਆ ਕਿ ਆਪਾਂ ਅੱਜ ਉਹਨਾਂ ਕਰਕੇ ਅਸੀਂ ਈ ਰਿਕਸ਼ੇ ਤੋਂ 2-ਵੀਲਰ 'ਚ ਆਏ ਹਾਂ, ਠੀਕ ਹੈ। ਇਹਦਾ ਰੇਟ ਹੈਗਾ ਜੀ 75,000 ਰੁਪਇਆ, ਇਹ ਕਿਉਂਕਿ ਲੀਥੀਅਮ ਬੈਟਰੀ ਆ, ਇਹ ਲੀਥੀਅਮ ਬੈਟਰੀ ਆ, ਲੀਥੀਅਮ ਬੈਟਰੀ ਐਜ਼ ਕੰਪੈਰੀਜ਼ਨ ਟੂ ਉਹਦੇ ਜੈੱਲ ਬੈਟਰੀ ਦੇ ਜ਼ਿਆਦਾ ਚੱਲਦੀ ਹੈ ਅਤੇ ਮਹਿੰਗੀ ਆਉਂਦੀ ਹੈ, ਠੀਕ ਹੈ, ਕਿਉਂਕਿ ਸਿੰਗਲ ਬੈਟਰੀ ਆ, ਇਹ ਨਾਲੇ ਕੰਪੈਟੀਬਲ ਆ, ਇਹ ਤੁਸੀਂ ਕੱਢ ਕੇ ਆਪਣੇ ਘਰ ਉੱਪਰ ਵੀ ਲੈ ਜੂਗੇ, ਫਸਟ ਫਲੋਰ 'ਤੇ ਰਹਿੰਦੇ ਹੋ, ਉੱਪਰ ਲਿਜਾ ਕੇ ਵੀ ਤੁਸੀਂ ਚਾਰਜ ਕਰ ਸਕਦੇ ਹੋ ਰੂਮ 'ਚ ਲਿਜਾ ਕੇ। ਇਹ ਨਹੀਂ ਵੀ ਆਪਾਂ ਸਕੂਟਰੀ ਥੱਲੇ ਖੜੀ, ਆਪਾਂ ਐਕਸਟੈਂਸ਼ਨ ਬਾਕਸ ਲਗਾ ਕੇ ਇਹਨੂੰ ਚਾਰਜ ਕਰੀਏ। ਉਹ ਤਾਰ ਵਾਲਾ ਝਮੇਲਾ ਖਤਮ, ਤਾਰ ਵਾਲਾ ਝਮੇਲਾ ਖਤਮ ਹੈ, ਤੁਸੀਂ ਲੀਥੀਅਮ ਬੈਟਰੀ ਕੰਪੈਟੀਬਲ ਆ, ਪੋਰਟੇਬਲ ਆ, ਚੱਕ ਕੇ ਆਪਣੇ ਕਮਰੇ 'ਚ ਲਿਜਾ ਕੇ ਚਾਰਜਿੰਗ ਲਗਾ ਸਕਦੇ। ਦਿਵਾਲੀ 'ਤੇ ਕੀ ਕਰੋਗੇ ਫਿਰ? ਦਿਵਾਲੀ 'ਤੇ ਅਸੀਂ ਵਧੀਆ ਵਧੀਆ ਔਫਰ ਦੇਵਾਂਗੇ ਜੀ, ਨਵੇਂ ਨਵੇਂ ਗਿਫਟ, ਜਿੱਦਾਂ LED ਹੋ ਗਈ, ਵਾਸ਼ਿੰਗ ਮਸ਼ੀਨ ਹੋ ਗਈ, ਮਿਕਸਰ ਜੂਸਰ ਹੋ ਗਿਆ, ਵੱਡੇ ਵੱਡੇ ਗਿਫਟ ਵੀ ਲੈ ਕੇ ਆਵਾਂਗੇ ਅਸੀਂ। ਅਤੇ ਜੋ ਵੀ ਹੋਇਆ ਨਵਰਾਤਰੇ ਨੂੰ ਬੈਸਟ ਤੋਂ ਬੈਸਟ ਕੂਪਨ ਵੀ ਕੱਢਾਂਗੇ, ਹਾਂ, ਆਪਾਂ ਕੈਸ਼ ਪ੍ਰਾਈਜ਼ ਵੀ ਰੱਖਾਂਗੇ ਅਤੇ ਗਿਫਟ ਵੀ ਰੱਖਾਂਗੇ, ਹਰ ਚੀਜ਼ ਕਸਟਮਰ ਨੂੰ ਪ੍ਰੋਵਾਈਡ ਕਰਾਂਗੇ। ਜਿਹੜੀ ਆਪਣੀ ਮੇਨ ਤਾਂ ਹੁੰਦਾ ਗੱਡੀ ਦੇਣ ਤੋਂ ਬਾਅਦ ਸਰਵਿਸ, ਸਰਵਿਸ ਦੇ ਰਿਗਾਰਡਿੰਗ ਅਸੀਂ 101% ਕਸਟਮਰ ਦੇ ਨਾਲ ਖੜੇ ਹਾਂ ਜੀ, ਠੀਕ ਆ। ਕੋਈ ਵੀ ਦਿੱਕਤ ਆਉਂਦੀ ਆ ਗਰੰਟੀ ਵਰੰਟੀ ਦੀ, ਠੀਕ ਆ, ਕਿਉਂਕਿ ਜਿਹੜੇ ਪ੍ਰੋਡਕਟ ਅੱਜ ਕੱਲ੍ਹ ਵਿਕ ਰਹੇ ਆ ਮਾਰਕੀਟ 'ਚ, 35,000 ਦਾ ਵੀ ਸਕੂਟਰ ਮਿਲਦਾ ਆ, ਲੇਕਿਨ ਉਹ ਜਦੋਂ ਸ਼ੋਰੂਮ ਤੋਂ ਬਾਹਰ ਨਿਕਲੇਗਾ ਉਹਦੀ ਗਰੰਟੀ ਖਤਮ ਆ ਜੀ, ਕੰਡਮ ਨੇ ਉਹ ਸਕੂਟਰ, ਠੀਕ ਹੈ। ਸਕੂਟਰ ਯਾਰ ਤੁਸੀਂ ਸ਼ੋਕਰ ਬਹੁਤ ਕੁਆਲਿਟੀ ਦੇ ਬਣਾਏ ਹੋਏ ਨੇ, ਵਧੀਆ ਸਕੂਟਰ ਸ਼ੋਕਰ ਨੇ, ਲੇਕਿਨ ਟਾਇਰ ਵੀ ਦੇ ਸਕਦੇ ਹੋ, ਟਾਇਰ ਵੀ ਬੜਾ ਕਾਫੀ ਹੈਵੀ ਜਿਹਾ ਟਾਇਰ ਹੈ। ਆ ਸ਼ੋਕਰ ਦਿਖਾ ਦਿਓ, ਸ਼ੋਕਰ ਰਾਡ ਦਿਖਾਓ ਸਾਨੂੰ ਪਹਿਲੇ, ਤਾਂ ਮੈਂ ਕਹੂੰਗਾ ਸੇਵਾ ਜੀ ਥੱਲੇ ਆ ਕੇ ਇੱਕ ਮਿੰਟ, ਸ਼ੋਕਰ ਰਾਡ ਦਿਖਾਓ ਕਿੰਨੀ ਹੈਵੀ ਹੈ ਸ਼ੋਕਰ ਰਾਡ, ਆਹ ਸ਼ੋਕਰ ਰਾਡ ਦੇ ਸਕਦੇ ਤੁਸੀਂ, ਆਹ ਸ਼ੋਕਰ ਰਾਡ ਦੇਖੋ, ਮਤਲਬ ਇਹ ਕਿਹਾ ਜਾਂਦਾ ਹੈਵੀ ਮਟੀਰੀਅਲ ਹੈ, ਹੈਵੀ ਮਟੀਰੀਅਲ ਹੈ,
ਕੀ ਇਹਦੇ 'ਚ ਤੁਸੀਂ ਨਵਾਂ ਨਵਾਂ ਨਾਮ ਕਮਾ ਰਹੇ? ਨਾਮ ਕਮਾਉਣ ਤੋਂ ਬਾਅਦ ਫਿਰ ਘਟੀਆ ਸਮਾਨ ਪਾਉਣਾ ਸ਼ੁਰੂ ਕਰ? ਨਹੀਂ ਸਰ, ਇੱਦਾਂ ਤਾਂ ਹੋ ਹੀ ਨਹੀਂ ਸਕਦਾ ਜੀ। ਨਾਮ ਕਮਾਉਣਾ, ਜੇ ਅਸੀਂ ਨਾਮ ਗਵਾਉਣਾ ਹੁੰਦਾ ਫਿਰ ਅਸੀਂ ਟੂ ਵੀਲਰ ਨਾਲ ਸ਼ੁਰੂ ਕਰਦੇ। ਜੇ ਅਸੀਂ ਨਾਮ, ਜੇ ਅਸੀਂ ਇਲੈਕਟ੍ਰਿਕ ਥ੍ਰੀ ਵੀਲਰ 'ਚ ਵਧੀਆ ਸਰਵਿਸ ਨਹੀਂ ਦੇ ਪਾਉਂਦੇ ਫਿਰ ਆਪਾਂ ਟੂ ਵੀਲਰ ਨਾਲ ਕਰ ਸਕਦੇ ਕੰਮ। ਠੀਕ ਹੈ ਜੀ, ਅਸੀਂ ਇਲੈਕਟ੍ਰਿਕ ਟੂ ਵੀਲਰ ਥ੍ਰੀ ਵੀਲਰ 'ਚ ਆਪਣਾ ਵਧੀਆ ਨਾਮ ਕਮਾਇਆ, ਇਸੇ ਕਰਕੇ ਕਸਟਮਰ ਦੇ ਸਹਿਯੋਗ ਨਾਲ ਹੀ, ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਟੂ ਵੀਲਰ ਦਾ ਕੰਮ ਸ਼ੁਰੂ ਕੀਤਾ। ਜਿਹੜੇ ਕਸਟਮਰ ਸਾਡੇ ਕੋਲੋਂ ਈ ਰਿਕਸ਼ਾ ਲੈ ਕੇ ਗਏ ਆ, ਉਹ ਵੀ ਆਪਣੇ ਬੱਚਿਆਂ ਨੂੰ ਅਤੇ ਆਪਣੇ ਜਿਹੜੀ ਲੇਡੀਜ਼ ਉਹਨੇ ਵਾਈਫ ਆ, ਜਿਹਦੇ ਕਿਸੇ ਨੇ ਸਬਜ਼ੀ ਲੈਣ ਜਾਣਾ ਜਾਂ ਟਿਊਸ਼ਨ ਨੂੰ ਟਿਊਸ਼ਨ ਵਧੀਆ ਯਾਰ ਪੈਟਰੋਲ ਸਭ ਤੋਂ ਵਧੀਆ ਪੈਟਰੋਲ ਨਹੀਂ ਲੱਗਦਾ। ਜਿਹੜੀ ਪੈਟਰੋਲ ਦੀ ਕੀਮਤ ਅੱਜ ਕੱਲ੍ਹ ਤੁਹਾਨੂੰ ਪਤਾ ਹੈ 100 ਰੁਪਿਆ, ਜਿਹੜੀ ਕੁਛ ਵੀ ਨਹੀਂ, ਹਾਂ ਜਿਹੜੀ ਚੱਲਦੀ ਕੁਛ ਵੀ ਨਹੀਂ। ਜਿਹੜੀ ਐਕਟੀਵਾ ਲੈ ਲਓ ਆਪਾਂ, ਹੋਂਡਾ ਦੀ ਐਕਟੀਵਾ, ਮੈਂ ਇੱਕ ਗੱਲ ਸੁਣੋ, ਹੁਣ ਮੈਂ ਇਹਨੂੰ ਚਾਰਜ ਕਰ ਲਿਆ, ਚਾਰਜ ਕਰਕੇ 100 ਕਿਲੋਮੀਟਰ ਚੱਲੀ, ਫਿਰ ਕਿੰਨੇ ਰੁਪਏ ਪ੍ਰਤੀ ਯੂਨਿਟ ਪੈ ਗਿਆ ਮੈਨੂੰ, ਕਿੰਨੇ ਰੁਪਏ ਕਿਲੋਮੀਟਰ ਪਈ? ਇਹ 30 ਪੈਸੇ ਪ੍ਰਤੀ ਕਿਲੋਮੀਟਰ ਪੈਂਦੀ ਹੈ ਜੀ, 30 ਪੈਸੇ। ਜਿਹੜੇ ਪੈਟਰੋਲ ਦੀ, ਜਿਹੜੀ ਆਪਾਂ ਐਕਟੀਵਾ ਦੀ ਗੱਲ ਲੈ ਲਈਏ, ਹਾਂ ਐਕਟੀਵਾ ਦੀ ਗੱਲ ਕਰ ਲਈਏ, ਉਹ 4 ਤੋਂ 4.5 ਰੁਪਏ ਪ੍ਰਤੀ ਕਿਲੋਮੀਟਰ ਪੈਂਦੀ ਆ ਉਹ। ਠੀਕ ਹੈ ਜੀ, ਹੁਣ ਆਪਾਂ ਕਾਫੀ ਜਗ੍ਹਾ ਤੋਂ ਯਾਰ ਫਿਰ ਮੁਨਾਫਾ ਦਿੰਦੀ ਹੈ, ਮੁਨਾਫਾ ਜੀ ਇੱਕ ਤਾਂ ਨੌਨ ਪੋਲਿਊਟਡ ਹੋ ਰਿਹਾ ਆਪਣਾ ਏਰੀਆ, ਠੀਕ ਆ, ਕੋਈ ਪ੍ਰਦੂਸ਼ਣ ਨਹੀਂ, ਕੋਈ ਕੁਛ ਨਹੀਂ। ਹੁਣ ਤੁਹਾਨੂੰ ਪਤਾ ਇੰਜਣ ਵਾਲੀ ਸੈਗਮੈਂਟ ਪੋਲਿਊਟਡ ਕਰਦਾ ਆ, ਏਅਰ ਪੋਲਿਊਟਡ ਹੁੰਦੀ ਆ, ਸਭ ਕੁਝ ਹੁੰਦਾ, ਵਾਤਾਵਰਨ ਖਰਾਬ ਹੁੰਦਾ ਹੈ। ਵੈਸੇ ਗੱਲ ਕਰਾਂ, ਇਹਦੀ ਬੁਨਿਆਦ ਹੁੰਦੀ ਕਿੰਨੀ ਆ ਸਰ? ਚੱਲ ਜਾਂਦੀ ਹੈ 5 ਸਾਲ 5 ਤੋਂ 6 ਸਾਲ। ਬੁਨਿਆਦ ਦੀ ਤਾਂ ਇੱਕ ਆਪਣੇ ਤੇ ਵੀ ਗੱਲ ਆ ਜਾਂਦੀ ਹੈ ਕਿ ਆਪਾਂ ਕਿਸ ਤਰ੍ਹਾਂ ਕੇਅਰ ਕਰ ਰਹੇ ਆ। ਜਿੱਦਾਂ ਆਪਣੇ, ਅਸੀਂ ਆਪਣੇ ਸਰੀਰ ਦੀ ਕੇਅਰ ਕਰਦੇ ਹਾਂ, ਠੀਕ ਹੈ, ਚੀਜ਼ ਦੀ ਵੀ ਕੇਅਰ ਕਰਨੀ ਚਾਹੀਦੀ ਹੈ। ਆਪਾਂ ਬੈਟਰੀ ਦਾ ਧਿਆਨ ਰੱਖੀਏ, ਉਹਨੂੰ ਪ੍ਰੋਪਰ ਚਾਰਜਿੰਗ ਕਰਾਈਏ। ਜੇ ਆਪਾਂ ਹੁਣ 2 ਮਹੀਨੇ ਆਪਾਂ ਚਾਰਜ ਹੀ ਨਾ ਕਰੀਏ ਬੈਟਰੀ ਨੂੰ, ਤਾਂ ਉਹ ਬੈਟਰੀ ਖਰਾਬ ਹੀ ਹੋਊਗੀ, ਉਹਦੇ 'ਚ ਕੰਪਨੀ ਵੀ ਕੀ ਕਰ ਸਕਦੀ ਹੈ, ਉਹਦੀ ਵਾਰੰਟੀ ਵੀ ਨਿਕਲ ਜੂਗੀ ਅਤੇ ਉਹਦੀ ਆਪਣਾ ਲਾਈਫ ਵੀ ਖਤਮ ਹੋ ਜੂਗੀ। ਠੀਕ ਹੈ, ਤਾਂ ਬੜੀ ਸੋਹਣੀ ਚੀਜ਼ ਪਈ ਆ ਉਹ। ਡਾਕਟਰ ਸਾਹਿਬ ਇੱਕ ਮਿੰਟ, ਆ ਇੱਕ ਸਾਈਕਲ ਤਾਂ ਤੁਸੀਂ ਕੱਢਤਾ ਨਵਾਂ ਜਿਹਾ, ਇਹ 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 ਵੀ ਵੇਚਣ ਵਾਸਤੇ ਪਿਆ ਫਿਰ? ਇਹ ਫਿਰ ਸਰ ਬੈਟਰੀ ਦੇ ਆ, ਆ ਮੈਂ ਦੇਖ ਲਈ ਬੈਟਰੀ ਲੱਗੀ ਹੋਈ ਹੈ ਇਹਦੇ, ਇਹ ਵੀ ਟੋਟਲ ਬੈਟਰੀ ਦੇ ਆ। ਅੱਛਾ, ਇਹਦਾ ਕੀ ਰੇਟ ਹੈ? ਇਹ 35,000 ਦਾ ਸਾਈਕਲ ਹੈ ਜੀ। ਨਾ, ਸਸਤਾ ਹੋਊਗਾ? ਨਹੀਂ ਭਾਜੀ, 35,000 ਦਾ ਸਾਈਕਲ ਹੈ, 60-70 ਕਿਲੋਮੀਟਰ ਚੱਲੂ, ਗੇਅਰ ਦੀ ਗੇਅਰ ਹੈ, ਸਾਰਾ ਕੁਛ ਹੈ। ਅੱਛਾ, ਪੈਡਲ ਮਾਰੂੰਗੇ, ਬੈਟਰੀ ਚਾਰਜ ਹੋ ਜੂਗੀ ਆਟੋਮੈਟਿਕ। ਓਏ, ਇਹ ਤਾਂ ਇਹ ਮੈਂ ਦਿਖਾ ਦਾਂ, ਆਹ ਚੱਲਦਾ, ਆਹ ਰੇਸ ਹੈ ਜੀ ਇਹਦੀ, ਆਹ ਦੇਖੋ, ਬੜੀ ਵਧੀਆ ਚੀਜ਼ ਹੈ ਯਾਰ ਆ ਵੀ। ਅੱਜ ਕੱਲ੍ਹ ਫਿਰ ਮਤਲਬ ਤੁਸੀਂ ਬੰਦਿਆਂ ਨੂੰ ਹੁਣ ਕੋਈ ਕੰਮ ਨਹੀਂ ਕਰਨ ਦੇਣਾ, ਹੁਣ ਜਿੱਥੇ ਜਾਣਾ ਚੀਜ਼ ਚਲਾ ਕੇ ਜਾਓ, ਬੈਟਰੀ ਲਾ ਦੀ ਹੈ, ਪੈਡਲ ਵੀ ਨਾ ਮਾਰੋ, ਹੁਣ ਪੈਡਲ ਥੱਲੇ ਹੀ ਕਰ ਦਿਓ ਪੂਰੇ ਪਾਸੇ। ਨਹੀਂ, ਪੈਡਲ ਮਾਰੋ, ਤੁਹਾਡੀ ਬਿਜਲੀ ਬਚਦੀ ਹੈ, ਜੇ ਪੈਡਲ ਮਾਰੋਗੇ ਬੈਟਰੀ ਆਪਣੇ ਆਪ ਚਾਰਜ ਹੋ ਜਾਣੀ ਹੈ। ਅੱਛਾ, ਤੁਹਾਡੀ ਬਿਜਲੀ ਵੀ ਬਚਦੀ ਹੈ ਨਾਲ ਹੁਣ ਇਹ 'ਚ। ਇਹ ਫਿਰ ਮੈਂ ਘਰੇ ਕੋਠੇ ਲੈ ਕੇ ਜਾ ਸਕਦਾ ਚਾਰਜ ਕਰਨ ਵਾਸਤੇ? ਬਿਲਕੁਲ ਜੀ, ਖੋਲ ਲਓ ਇਹਨੂੰ ਬਸ, ਇਹ ਖੁੱਲ ਜਾਣਾ, ਨਟ ਲੱਗੇ ਆਪਾਂ ਪੋਰਟੇਬਲ ਕਰ ਦਾਂਗੇ, ਖੁੱਲ ਜੂਗੀ, ਉੱਪਰ ਜਾ ਕੇ ਚਾਰਜ ਲਾ ਲਓ। ਪਹਿਲੀ ਗੱਲ ਤਾਂ ਜੇ ਤੁਸੀਂ ਸਾਈਕਲ 'ਤੇ ਪੈਡਲ ਮਾਰੋਗੇ ਤਾਂ ਆਪਣੇ ਆਪ ਚਾਰਜ ਹੋਈ ਜਾਣੀ, ਉੱਪਰ ਲਾਉਣ ਦੀ ਲੋੜ ਹੀ ਨਹੀਂ। ਕਿੰਨੇ ਵੇਚ ਚੁੱਕੇ ਹੋ ਇਹ? ਸਰ ਅਸੀਂ 12 ਵੇਚ ਚੁੱਕੇ ਹਾਂ ਜੀ। ਇਹ ਲੈਂਦੇ ਜਿੱਦਾਂ ਆਪਣਾ, ਆਪਾਂ ਚਲੋ ਕਹਿਣਾ ਨਹੀਂ ਚਾਹੀਦਾ, ਜਿਹੜੇ ਸ਼ਾਹੂਕਾਰ ਆ ਉਹ ਇਸ ਚੀਜ਼ ਨੂੰ ਟ੍ਰੈਂਡ ਮੰਨਦੇ ਆ ਕਿ ਆਪਾਂ ਸਾਈਕਲ 'ਤੇ ਰਨਿੰਗ ਕਰੀਏ, ਮਾਰਨਿੰਗ ਵਾਕ ਕਰੀਏ, ਇਹਦੇ 'ਤੇ ਆਪਣਾ ਸਾਰਾ ਜਿਹੜਾ ਸਾਡੇ ਕਸਟਮਰ ਆ ਉਹਨੇ ਆਪ ਸਾਨੂੰ ਆਪਣਾ ਪੈਸਾ ਦਿਖਾਈਏ, ਸਾਡੇ ਕੋਲ ਰੇਸ ਵਾਲਾ ਸਾਈਕਲ ਹੈ, ਪੈਸਾ ਦਿਖਾਈਏ। ਸਰ ਜਿਹੜੀ ਗੱਲ ਹੈਗੀ ਆ ਆਪਾਂ ਉਹੀ ਸਟੇਟਸ ਸਿੰਬਲ ਕਹਿ ਦਈਏ, ਆਪਾਂ ਸਟੇਟਸ ਸਿੰਬਲ ਕਹਿ ਦਈਏ ਆਪਾਂ, ਜਿਹੜਾ ਜਿੱਦਾਂ ਸਾਨੂੰ ਕਸਟਮਰ ਇੱਕ ਸਾਡੇ ਕੋਲ ਲੈ ਗਿਆ, 100 ਸਿਟੀ ਲੈ ਕੇ ਗਿਆ ਜੀ, 100 ਸਿਟੀ ਲੈ ਕੇ ਗਿਆ, ਉਹ 100 ਸਿਟੀ ਤੋਂ ਲੈ ਕੇ ਆਪਣਾ ਦਰਾਹੇ ਤੱਕ ਉਹਨੇ ਸੰਡੇ ਨੂੰ ਪੂਰੀ ਬੈਟਰੀ 'ਤੇ ਵੀ ਚਲਾਈ ਆ ਅਤੇ ਪੈਡਲ ਮਾਰ ਕੇ ਵੀ ਚਲਾਈ ਆ। ਉਹ ਕਹਿੰਦਾ ਵੀ ਐਕਸਰਸਾਈਜ਼ ਪਲੱਸ ਨੌਨ ਪੋਲਿਊਟਡ, ਅਤੇ ਕਹਿੰਦਾ ਮਜ਼ਾ ਇੰਨਾ ਆਇਆ ਇਹਨੂੰ ਚਲਾ ਕੇ, ਨਾ ਕੋਈ ਥਕਾਵਟ, ਕਿਉਂਕਿ ਇਹ 'ਚ ਗੇਅਰ ਸਿਸਟਮ ਵੀ ਹੈਗਾ, ਜੇ ਆਪਾਂ ਰੇਸ ਨਹੀਂ ਦੇਣੀ ਤਾਂ ਉਹ ਗੇਅਰ ਸਿਸਟਮ ਵੀ ਹੋ ਜੂਗਾ। ਜਿੱਦਾਂ ਆਪਾਂ ਪਹਿਲੇ ਗੇਅਰ ਵਾਲੀ ਸਾਈਕਲ ਆਉਂਦੀ ਸੀਗੀ, ਪਹਿਲਾ ਗੇਅਰ ਪਾ ਲਿਆ, ਦੂਜਾ ਪਾ ਲਿਆ, ਤੀਜਾ ਪਾ ਲਿਆ, ਇਹ 'ਚ ਵੀ 5 ਗੇਅਰ ਹੈਗੇ ਆ,
ਜੇ ਆਪਾਂ ਰੇਸ ਤੇ ਨਹੀਂ ਚਲਾਣੀ ਆ ਐਕਸੀਲੇਟਰ ਦੇ ਕੇ ਆਪਾਂ ਗੇਅਰ ਵੀ ਚੇਂਜ ਕਰ ਸਕਦੇ ਹਾਂ। ਤੁਹਾਡੇ ਕੋਲ ਕੋਈ ਈ ਰਿਕਸ਼ਾ ਲੈਣ ਆ ਗਿਆ ਯਾਰ, ਹੁਣ ਈ ਰਿਕਸ਼ਿਆਂ ਦੇ ਵਿੱਚ ਹੁਣ ਕੰਪੀਟੀਟਰ ਬੜੇ ਬੈਠੇ ਹੋਏ ਨੇ, ਬਹੁਤ ਜ਼ਿਆਦਾ ਬੈਠੇ ਹੋਏ ਨੇ, ਹੁਣ ਤੁਸੀਂ ਫਿਰ ਕਿੱਦਾਂ ਦੇ ਦੋਗੇ, ਤੁਸੀਂ ਕੀ ਰੇਟ ਦੇ ਦੋਗੇ, ਕਿਉਂਕਿ ਕੰਪੀਟੀਟਰ ਇੰਨੇ ਬੈਠੇ ਹੋਏ ਨੇ, ਕਹਿੰਦੇ ਬੈਟਰੀਆਂ ਲਿਥੀਅਮ ਬੈਟਰੀਆਂ ਵਾਲੇ ਵੀ ਈ ਰਿਕਸ਼ੇ ਆ ਗਏ ਨੇ। ਸਰ ਕੰਪੀਟੀਟਰ ਰੇਟ ਜੋ ਮਰਜ਼ੀ ਦੇ ਜਾਣ, ਤੁਹਾਨੂੰ ਪਤਾ ਆ ਆਪਾਂ ਜੋ ਵੀ ਚੀਜ਼ ਲੈਂਦੇ ਹਾਂ ਇੱਕ ਕੁਆਲਿਟੀ ਦਾ ਫਰਕ ਹੁੰਦਾ ਆ, ਠੀਕ ਆ। ਜਿਹੜੀ ਹੁਣ ਸਕੂਟਰੀਆਂ ਦੀ ਗੱਲ ਸੀਗੀ 35,000 'ਚ ਵੀ ਮਿਲਦੀ ਆ, ਮੈਂ ਤੁਹਾਨੂੰ ਦੱਸਿਆ ਕਿ ਬਾਹਰ ਜਾ ਕੇ ਉਹਦੀ ਗਰੰਟੀ ਵਰੰਟੀ ਖਤਮ ਆ। ਉਹੀ ਚੀਜ਼ ਈ ਰਿਕਸ਼ਿਆਂ 'ਚ ਆ, ਜਿਹੜੇ ਈ ਰਿਕਸ਼ੇ ਸਸਤੇ ਆ ਉਹਦੀ ਗਰੰਟੀ ਵਰੰਟੀ ਵੀ ਉੱਦਾਂ ਦੀ ਹੈਗੀ ਆ, ਖਤਮ ਹੋਣ ਵਾਲੀ ਆ, ਹਾਂ ਰੋਣਾ ਹੀ ਪੈਣਾ। ਜਿਹੜਾ ਹੁਣ ਸਾਡੇ ਕੋਲ ਬ੍ਰੈਂਡ ਆ ਮਿਊਰੀ ਕੰਪਨੀ ਦਾ ਆ, ਠੀਕ ਆ, ਇੰਡੀਆ ਦਾ ਨੰਬਰ 1 ਬ੍ਰੈਂਡ ਆ ਜੀ। 2011 'ਚ ਸਭ ਤੋਂ ਪਹਿਲਾਂ ਈ ਰਿਕਸ਼ਾ ਮਿਊਰੀ ਨੇ ਬਣਾਇਆ ਸੀ, ਮੋਦੀ ਜੀ ਨੇ ਉਹਨੂੰ ਲਾਂਚ ਕੀਤਾ ਸੀ ਸਭ ਤੋਂ ਪਹਿਲਾਂ ਮਿਊਰੀ ਦੇ, ਅਤੇ ਆਪਣੇ ਕੋਲ ਮਿਊਰੀ ਦਾ ਬ੍ਰੈਂਡ ਆ। ਅਤੇ ਗਰੰਟੀ ਬੈਟਰੀ ਦੀ, ਗਰੰਟੀ ਬੈਟਰੀ ਦੀ ਸਾਲ ਦੀ 1 ampere ਦਾ ਫਰਕ ਹੁੰਦਾ ਬੈਟਰੀ ਦੇ, ਕਿ 135 ampere ਦੀ ਆ ਉਹ 1 ਸਾਲ ਦੀ ਆ, 150 ampere ਦੀ ਆ ਉਹਦੀ 18 ਮਹੀਨੇ ਦੀ ਆ। ਇਹ ਬੈਟਰੀ ਕਸਟਮਰ 'ਤੇ ਵੀ ਡਿਪੈਂਡ ਕਰਦਾ ਕਿ ਉਹਨੇ ਕਿਹੜੀ ਕਿੰਨੇ ਅੰਪੇਅਰ ਦੀ ਪਾਉਣੀ ਹੈ, ਵੈਸੇ ਅਸੀਂ 135-150 ਦੀ ਵੀ ਪਾ ਕੇ ਦਿੰਦੇ। ਲਾਸਟ ਗੱਲ ਕਰਨ ਲੱਗਾ, ਹੁਣ ਵੀਡੀਓ ਦੇਖ ਕੇ ਬੜੇ ਆਉਣਾ ਵਾ, ਕਿਉਂਕਿ ਤੁਸੀਂ ਗਿਫਟ ਵੀ ਦੇਣੇ ਸਭ ਕੁਝ ਦੇਣਾ, ਜਿਹੜੀ 35,000 ਦੀ ਆਉਣਾ ਕਈ ਸਟੋਕ ਖਤਮ ਹੋ ਗਿਆ ਅਤੇ ਲੀਥੀਅਮ ਬੈਟਰੀ ਪਾ ਕੇ ਦੇਣੀ ਹੈ। ਨਹੀਂ ਨਹੀਂ ਬਿਲਕੁਲ ਪਾ ਕੇ ਦੇਵਾਂਗੇ ਜੀ, ਹਾਂ ਜੋ ਤੁਹਾਨੂੰ ਕਿਹਾ, ਜੋ ਕਮਿਟਮੈਂਟ ਕਰਦੇ ਹਾਂ, ਜੋ ਬੋਲੇ ਆ ਪੂਰੀ ਕਰਾਂਗੇ। ਨਾਮ ਕੀ ਤੁਹਾਡੀ ਕੰਪਨੀ ਦਾ ਫਿਰ? ਸਿੱਧ ਆਟੋਸ। ਤੁਹਾਨੂੰ ਦੱਸ ਦਈਏ ਸਿੱਧ ਆਟੋ 'ਤੇ ਤੁਸੀਂ ਆ ਜਾਓ, ਸ਼ੇਰਪੁਰ ਚੌਂਕ ਜਿੱਥੇ ਸ਼ਿਵ ਚੌਂਕ ਹੈਗਾ ਵਾ ਉੱਥੇ ਤੁਸੀਂ ਪਹੁੰਚੋਗੇ ਤਾਂ ਤੁਹਾਨੂੰ ਆਪਣੇ ਖੱਬੇ ਪਾਸੇ ਸਿੱਧ ਆਟੋਸ ਜਿਹੜਾ ਦਿਖੂਗਾ, ਕਿ ਬਾਹਰ ਜਿਹੜਾ ਇੱਕ ਵੱਡਾ ਸਾਰਾ ਬੋਰਡ ਵੀ ਜਿਹੜਾ ਇੱਥੇ ਲੱਗਾ ਹੋਇਆ, ਅਤੇ ਬਾਹਰ ਜਿਹੜੇ ਅੰਦਰ ਜਿਹੜੇ ਨੇ ਬੜੇ ਵਧੀਆ ਯੂਨੀਕ ਕਲਰ ਦੇ ਜਿਹੜੇ ਨੇ, ਅਤੇ ਇਹ ਕਿਹਾ ਜਾ 2-wheeler ਖੜ੍ਹੇ ਹੋਏ, ਅਤੇ ਨਾਲ ਹੀ ਜਿਹੜਾ ਮੇਰੇ ਪਿੱਛੇ ਹੈਗਾ ਇੱਥੇ ਈ ਰਿਕਸ਼ੇ ਜਿਹੜੇ ਖੜ੍ਹੇ ਹੋਏ ਨੇ, ਅਤੇ ਤਿੰਨਾਂ ਕੋਲ CNG ਆਟੋ ਵੀ ਜਿਹੜੇ ਮਿਲਦੇ ਨੇ। ਲੇਕਿਨ ਇਹ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਰਹੇ, ਇਹ ਲੋਕਾਂ ਲਈ ਇਹ ਸਹੂਲਤ ਦੇਣ ਦੀ ਗੱਲ ਕਰ ਰਹੇ, ਅਤੇ ਸਹੂਲਤ ਦਿੱਤੀ ਜਾਊਗੀ, ਕਿਉਂਕਿ ਬੈਟਰੀਆਂ ਦੇ ਅੱਜ ਕੱਲ੍ਹ ਪੈਟਰੋਲ ਦੇ ਨਾਲੋਂ ਜਿਹੜੀਆਂ ਹੁਣ ਬੈਟਰੀ ਜਿਹੜੇ ਨੇ ਕੰਫਰਟੇਬਲ ਹੋਣ ਲੱਗ ਗਈ, ਕਿਉਂਕਿ ਘਰੇ ਜਿਹੜੀ ਆ ਤੁਸੀਂ ਪੋਰਟੇਬਲ ਬੈਟਰੀ ਕੋਠੇ ਲੈ ਜਾਓ, ਚਾਰਜ ਕਰੋ, ਤਾਰ ਦਾ ਜੁਗਾੜ ਹੀ ਖਤਮ। ਪਹੁੰਚੋ ਅਤੇ ਵਿਸ਼ਵਾਸ ਕਰਕੇ ਇੱਕ ਵਾਰ ਜ਼ਰੂਰ ਦੇਖੋ, ਕਿਉਂਕਿ ਇੱਥੇ ਜਿਹੜਾ ਤੁਹਾਨੂੰ ਹਰ ਸਮੱਸਿਆ ਦਾ ਹੱਲ ਮਿਲੇਗਾ। ਲੁਧਿਆਣਾ ਕਹਿ ਰਿਹਾ ਮੈਂ ਸੇਵਾ ਸਿੰਘ ਦੇ ਨਾਲ, ਵਿਸ਼ਾਲ ਕਪੂਰ, ਲੁਧਿਆਣਾ ਲਈ।